हैलो एवरीवन आज आप करेंगे जी जो अपने लास्ट टॉपिक से एच सी है, एफ एंड एलसीएम के रिलेट एम सी फस्ट जो एम सी क्यू है जी वह है फाइंड द एच सी एफ़ एंड एलसीएम ऑफ टू अपॉन थ्री एट अपॉन नाइन सिक्सटीन अपॉन एट टेन अपॉन ट्वेंटी सैवन इसका अपन ने एच सी एफ़ भी पता करना जी और एम भी पता करना जी ਤਾਂ ਇਹਨਾਂ ਦਾ ਆਪਣੇ ਫਾਰਮੂਲਾ ਕਰਿਆ ਸੀ ਕਿ ਐਚसीएफ ਆਗਰ ਕਿਸੇ ਨੰਬਰ ਦਾ ਪਤਾ ਕਰਨਾ ਹੈ ਤਾਂ ਉਸ ਦੇ ਨੰਬਰ ਦੇ ਜੋ ਨਿਊਮਿਨੇਟਰ ਨੇ ਉਹਨਾਂ ਦਾ ਐਚसीएफ 2 8 16 ਔਰ 10 ਔਰ ਐਲਸੀਐਮ ਨਿਚਲੇ ਨੰਬਰ ਦਾ ਤਾਂ 3 9 8 27 ਤਾਂ ਐਚसीएफ ਦੇਖੋ ਸਮਾਲੈਸਟ ਨੰਬਰ 2 ਆ ਅਗਰ ਇਹਨਾਂ 'ਚ ਦੇਖਿਆ ਜਾਵੇ ਤਾਂ 2 ਇਜ਼ ਦੀ ਸਮਾਲੈਸਟ ਨੰਬਰ ਔਰ ਐਚਸੀਐਫ ਜਾਂਦਾ ਇਹਦੇ ਬਰਾਬਰ ਹੋ ਸਕਦਾ ਜਾਂ ਇਹ ਤੋਂ ਨੀਚੇ ਹੋ ਸਕਦਾ ਤਾਂ ਆਪਾਂ ਦੇਖਦੇ ਹਾਂ ਕਿ ਇਸ ਦੇ ਵਿੱਚ ਐਚਸੀਐਫ ਕੀ ਹੈ ਜੀ 2 ਆ ਰਿਹਾ ਔਰ ਅਗਰ ਐਲਸੀਐਮ ਦੀ ਗੱਲ ਕਰੀਏ ਤਾਂ ਐਲਸੀਐਮ ਕਿੰਨਾ ਆ ਰਿਹਾ ਜੀ ਤਾਂ 3 ਔਰ 9 ਦਾ ਐਲਸੀਐਮ ਕਿੰਨਾ ਆ ਰਿਹਾ 9 ਆ ਰਿਹਾ 9 ਔਰ 27 ਦਾ ਐਲਸੀਐਮ 27 ਆ ਰਿਹਾ 27 ਔਰ 8 ਦਾ ਐਲਸੀਐਮ ਅਗਰ ਦੇਖਿਆ ਜਾਵੇ ਤਾਂ ਦੋਨੋਂ ਕੋਪ੍ਰਾਈਮ ਨੰਬਰ ਨੇ ਜੀ ਤਾਂ ਇਹਨਾਂ ਦੋਨਾਂ ਦੀ ਮਲਟੀਪਲੀਕੇਸ਼ਨ ਹੀ ਆਪਣਾ ਕੀ ਹੋਊਗਾ ਜੀ एल सी एम हुआ वह आ जाऊगा ट्वेंटी सैवन वो आप एट न मल्टीप्लाई करा वन जीरो एट ठीक है जी अगर कटिंग कर हैं तो कटिंग करके अपने लिए आ जाए जी टू सॉरी ट्वेंटी सैवन जो दो एट न मल्टीप्लाई करते हैं तो अपने लिए आ जाए जी टू वन सिक्स तो इसमें जो दो कटिंग करा टू वन सिक्स कटिंग करा तो अपने लिए आज वन जीरो एट उस अगर तो ਐਲਸੀਐਮ ਦੇਖਣਾ ਹੋਵੇ ਤਾਂ ਐਲਸੀਐਮ ਦੇ ਵਾਸਤੇ ਆਪਾਂ ਨੇ ਗੱਲ ਕਰੀ ਸੀ ਕਿ ਐਲਸੀਐਮ 2 8 16 ਔਰ 10 ਦਾ ਐਲਸੀਐਮ ਕੱਢ ਲਓ ਔਰ HCF 3 9 8 ਔਰ 27 ਦਾ ਐਲ HCF ਕੱਢ ਲਓ ਤਾਂ 2 8 16 ਇਹਨਾਂ ਦਾ ਅਗਰ ਦੇਖਿਆ ਜਾਵੇ ਐਲਸੀਐਮ ਕੀ ਆ ਜੂਗਾ ਜੀ 2 ਤੇ 8 ਦਾ 8 ਤੇ 16 ਦਾ LCM ਕਿੰਨਾ ਆਜੂਗਾ 16 ਆਜੂਗਾ 16 ਔਰ 10 ਦਾ LCM ਅਗਰ ਦੇਖਣਾ ਹੋਵੇ ਤਾਂ 16 ਔਰ 10 ਦਾ LCM ਜੋ ਆਪਾਂ ਕੱਢਿਆ ਕੱਢੀ ਹੈ ਜੀ ਤਾਂ ਉਹ ਆਪਣੇ ਲਵੇ ਆਜੂਗਾ ਜੀ 16 ਔਰ 10 2 ਤੇ 8 ਔਰ 5 ਆ ਗਿਆ ਤਾਂ ਪ੍ਰائم ਦੋਨੋਂ ਨੰਬਰ ਐਸੇ ਆ ਗਏ ਕਿ ਅੱਗੇ ਡਿਵਾਈਡ ਨਹੀਂ ਹੋ ਰਹੇ ਕਰਨਾ ਤਾਂ ਕਰਕੇ ਵੀ ਦੇਖ ਸਕਦੇ ਹਾਂ ਤਾਂ 2 8 5 ਦੀ ਹੀ 5 8 ਦਾ 40 40 اور 80 ਆਜੂਆ ਆਪਣੇ ਲਈ ਤੇ ਆਪਣੇ ਲਈ ਆਜੂਆ 80 ਆਪਣਾ ਐਲਸੀਐਮ اور ਇਸ ਦੇ ਵਿੱਚ 3 9 8 27 ਦੇ ਵਿੱਚ ਐਚसीएफ ਦੇਖੋ ਐਚसीएफ 3 9 اور 27 ਦਾ ਐਚसीएफ ਆਜੂਆ ਜੀ 3 اور 3 اور 8 ਆਪਸ ਦੇ ਵਿੱਚ ਕੋ ਪ੍ਰਾਈਮ ਨੰਬਰ ਨੇ ਤਾਂ ਆਜੂਆ 1 ਤਾਂ ਆਪਣੇ ਲਈ ਆ ਗਿਆ 80 1 niche lagaun di lor nahi ਤਾਂ অপਸ਼ਨ ਨੰਬਰ D ਇਸ ਦੇ ਵਿੱਚ கரੈਕਟ ਹੋ ਜੂਗਾ ਜੀ वन अपॉन वन जीरो एट और एटी अपॉन वन तो ऑप्शन नंबर डी इसेक्ट हो जूगा नैक्सट देखो क्वेश्चन नंबर टू एच सी एफ ऑफ जीरो एंड सिक्स इज तो जीरो तो सिक्स का एच सी एफ की होगा जी अपने लगे सिक्स होगा क्योंकि एच सी एफ एक ऐसा नंबर जी जो ਬੋਥ ਦੇ ਬੋਥ ਨੰਬਰ ਨੂੰ ਡਿਵਾਈਡ ਕਰਦਾ ਹੁੰਦਾ ਦੋਨੋਂ ਨੰਬਰਾਂ ਨੂੰ ਡਿਵਾਈਡ ਕਰਦਾ ਜਿਨ੍ਹਾਂ ਦਾ ਐਚਸੀਐਫ ਸੇਵ ਕਰਦੇ ਹੁੰਦੇ ਆ ਫੋਰ ਐਗਜ਼ਾਮਪਲ ਔਰ 2 ਔਰ 6 ਦਾ ਐਚਸੀਐਫ ਅਗਰ ਦੇਖਿਆ ਜਾਵੇ ਤਾਂ ਆਪਣਾ 2 ਉਹ 2 ਇਸ ਨੂੰ ਵੀ ਡਿਵਾਈਡ ਕਰੂਗਾ ਇਸ ਨੂੰ ਵੀ ਡਿਵਾਈਡ ਕਰੂਗਾ ਬੋਥ ਨੰਬਰ ਨੂੰ ਡਿਵਾਈਡ ਕਰਦਾ ਹੁੰਦਾ ਜੀ ਅਗਰ ਆਪਾਂ ਇਸ ਦੇ ਵਿੱਚ ਜ਼ੀਰੋ ਕਈ ਬੱਚੇ ਲੈ ਲੈਂਦੇ ਨੇ ਕਿ ਜ਼ੀਰੋ ਇਸ ਦਾ ਐਚਸੀਐਫ ਆਊਗਾ ਤਾਂ ਜ਼ੀਰੋ ਜ਼ੀਰੋ ਨੂੰ ਨਾ ਡਿਵਾਈਡ ਕਰਦਾ ਨਾ 6 ਨੂੰ ਡਿਵਾਈਡ ਕਰਦਾ ਜ਼ੀਰੋ ਨਾਲ ਡਿਵਾਈਡ ਨਹੀਂ ਹੋ ਰਹੇ ਦੋਨੋਂ ਦੇ ਦੋਨੋਂ ਨੰਬਰ ਠੀਕ ਹੈ ਜੀ ਤਾਂ ਇਸ ਦੇ ਵਿੱਚ ਐਚसीएफ ਜੋ ਆ ਜੂਗਾ ਉਹ ਆਪਣੇ ਲਵੇ 6 ਆ ਜੂਗਾ ਜੀ ਨੈਕਸਟ ਦੇਖੋ ਕੁਐਸਚਨ ਨੰਬਰ 3 ਦ ਪ੍ਰੋਡਕਟ ਆਫ ਦ ਟੂ ਕੋਪਰਾਈਮ ਨੰਬਰ ਇਜ਼ 117 ਕੋਪਰਾਈਮ ਨੰਬਰ ਨੇ ਤਾਂ ਇਹਨਾਂ ਦਾ ਪ੍ਰੋਡਕਟ ਤਾਂ 117 ਹੈ देयर ਐਲਸੀਐਮ ਐਲਸੀਐਮ ਆਪਾਂ ਪਤਾ ਹੀ ਜਦੋਂ ਕੋਪਰਾਈਮ ਨੰਬਰ ਹੁੰਦੇ ਨੇ ਤਾਂ ਇਹਨਾਂ ਦੀ ਪ੍ਰੋਡਕਟ ਹੀ ਐਲਸੀਐਮ ਹੁੰਦਾ ਜੀ ਤਾਂ ਇਸ ਦੇ ਵਿੱਚ অপਸ਼ਨ ਨੰਬਰ ਬੀ கரੈਕਟ ਹੋ ਜੂਗੀ ਜੀ ਨੈਕਸਟ ਦੇਖੋ ਕੁਐਸਚਨ ਨੰਬਰ 4 ਦ ਸਮ ਆਫ ਦੀ ਟੂ ਨੰਬਰ ਇਜ਼ 45 ਦੋ ਨੰਬਰ ਨੇ ਜਿਨ੍ਹਾਂ ਦਾ ਸਮ ਕਿੰਨਾ ਜੀ 45 ਹੈ ਇਹ देयर डिफरेंस 1 ਅਪਾਨ 9 ਟਾਈਮ देयर ਸਮ ਉਹਨਾਂ ਦਾ ਜਿਹੜਾ ਡਿਫਰੈਂਸ ਹੈ ਜੀ ਉਹ 1.9 ਟਾਈਮ ਆ ਕਿਹਦੇ ਨਾਲ ਉਹ ਜੀ देयर ਸਮ ਦੇ देयर एलसीएम ਇਜ਼ ਉਹਨਾਂ ਦਾ ਐਲਸੀਐਮ ਕੀ ਹੋਊਗਾ ਦੇਖੋ ਜੋ ਬਾਈ ਅਕੋਰਡਿੰਗ ਟੂ ਕੁਐਸਚਨ ਦੇਖਦੇ ਆਂ समता दिता जी अपन फोर्टी फाइव और एलसीयम कि आजू अपने लिए डिफरेंस है जी यानी कि एक्स माइनस वाई बराबर दिता वन अपॉइंट नाइन इन फोर्टी फाइव कटिंग करके आ गया नाइन फाइव ज फोर् फाइव तो अपने लगे एक्स माइनस फाइव बराबर है फाइव तो दोनों बहुत ऐड कर दो तो कितना आ गया टू एक्स बराबर आ गया फिफ्टी एक्स बराबर आ गया फिफ्टी अपॉइंट टू कटिंग करके आ गया ट्वेंटी फाइव तो एक्स बराबर आ गया ट्वेंटी फाइव ਉਸੀ ਤਰ੍ਹਾਂ y ਦੀ ਵੈਲਿਊ ਕੱਢ ਲਓ y ਦੀ ਵੈਲਿਊ ਰਹਿ ਪੈ ਤਾ y 45 ਦੇ ਵਿੱਚੋਂ 25 ਮਾਈਨਸ ਕਰ ਦਿਓ ਤਾਂ ਕਿੰਨਾ ਆ ਗਿਆ 20 ਤਾਂ ਇਹਨਾਂ ਦੋਹਾਂ ਦਾ ਜੋ ਐਲਸੀਐਮ ਹੋਊਗਾ ਐਲਸੀਐਮ ਆਪਾਂ ਨੇ ਵੈਸੇ ਵੀ ਕਈ ਵਰਕ ਕਰ ਚੁੱਕੇ ਹਾਂ ਜੀ ਐਲਸੀਐਮ ਆਫ 25 ਐਂਡ 20 ਦਾ ਕਿੰਨਾ ਹੁੰਦਾ ਜੀ 100 ਹੁੰਦਾ ਹੈ ਤਾਂ ਆਪਸ਼ਨ ਨੰਬਰ A கரੈਕਟ ਹੋ ਚੁਈ ਇਸ ਦੇ ਵਿੱਚ ਨੈਕਸਟ ਦੇਖੋ ਜੀ ਕੁਐਸਚਨ ਨੰਬਰ 5 ਐਚਸੀਐਫ x 1 ਔਰ x2 x 1 ਤਾਂ ਇਹਨਾਂ ਦਾ hcf ਕੀ ਹੈ ਦੇਖੋ ਇਸ ਦੇ ਦਾ ਫੈਕਟਰ ਬਣੇ ਹੋਏ ਨੇ ਇਹ ਹੁੰਦੇ ਨੇ ਔਰ ਇਸ ਦੇ ਫੈਕਟਰ ਆਪਾਂ ਅਗਰ ਟਰਾਈ ਵੀ ਕਰਾਂਗੇ ਤਾਂ ਫੈਕਟਰ ਪੂਰੇ ਪੂਰੇ ਨਹੀਂ ਬਣ ਰਹੇ ਜਿਹੜਾ ਕਿ ਇਸ ਦੇ ਵਿੱਚੋਂ ਮਤਲਬ ਕੋਈ ਵੀ ਐਸਾ ਫੈਕਟਰ ਨਹੀਂ ਬਣਦਾ ਜਿਹੜਾ x 1 ਇਸ ਦੇ ਵਿੱਚ ਕੰਟੇਨ ਕਰਦਾ ਹੋਵੇ ਠੀਕ ਹੈ ਜੀ ਤਾਂ ਇਸ ਦੇ ਫੈਕਟਰ ਐਗਜੈਕਟਲੀ ਨਹੀਂ ਬਣ ਰਹੇ ਤਾਂ ਇਹਦੇ ਫੈਕਟਰ ਇਹੀ ਬਣਨਗੇ ਇਹ ਖੁਦ ਹੋਊਗਾ ਤੇ 1 1 ਹੋਗਾ ਤਾਂ ਐਚसीएफ ਐਚसीएफ ਕਿੰਨਾ ਆ ਜੂਗਾ 1 ਤਾਂ অপਸ਼ਨ ਨੰਬਰ ਡੀ ਇਸ ਦੇ ਵਿੱਚ கரெક્ટ ਹੋ ਜੂਗੀ ਜੀ ਕੁਐਸਚਨ ਨੰਬਰ 6 ਹੈ ਜੀ ਆਪਣੇ ਲਈ 7 ਬੈਲਸ ਰਿੰਗਸ ਐਟ ਇੰਟਰਵਲ ਆਫ 2 3 4 6 8 9 ਐਂਡ 12 ਮਿੰਟ ਰਿਸਪੈਕਟਿਵਲੀ ਯਾਨਕ ਕਿ ਇਹਨਾਂ ਨੇ ਦੇਰ ਬਾਅਦ ਹੋ ਬੈਲ ਰਿੰਗਿੰਗ ਹੋ ਰਹੀ ਹੈ ਦੇ ਸਟਾਰਟਡ ਸਿਮਲਟੇਨਿਅਸਲੀ ਐਟ 5 ਜਦੋਂ ਪਹਿਲੀ ਵਾਰ ਸ਼ੁਰੂ ਹੋਈਆਂ ਤਾਂ 5 ਵਜੇ ਯਾਨੀ ਕਿ ਪੂਰੇ 5 ਤੇ ਸਟਾਰਟਿੰਗ ਹੋਈ ਸੀ ਉਹਨਾਂ ਦੀ ਇਨ ਦੀ ਮਾਰਨਿੰਗ ਵਟ ਵਿਲ ਬੀ ਦੀ ਨੈਕਸਟ ਟਾਈਮ ਵੈਨ ਦੇ ਆਲ ਰਿੰਗ ਸਿਮਲਟੇਨਿਅਸਲੀ ਇਹ ਦੁਬਾਰਾ ਕਦੋਂ ਜਾ ਕੇ ਸੇਮ ਸਮੇਂ ਦੇ ਉੱਤੇ ਮਤਲਬ ਇੱਕੋ ਟਾਈਮ ਦੇ ਵਿੱਚ ਬੈਲ ਵੱਜੂਗੀ ਠੀਕ ਹੈ ਜੀ ਰਿੰਗ ਕਰਨਗੀਆਂ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਕੁਐਸਚਨਾਂ ਦੇ ਵਿੱਚੋਂ ਯਾਦ ਰੱਖਿਓ ਕਿ ਹਮੇਸ਼ਾ ਐਲਸੀਐਮ ਹੀ ਕੱਢਣਾ ਹੈ ਤਾਂ ਇਹਨਾਂ ਦਾ ਆਪਾਂ ਐਲਸੀਐਮ ਕੱਢ ਲੈਣੇ टू थ्री फोर सिक्स एट नाइन और ट्वेल्व पहला सब तो पहला टू देते वन थ्री टू थ्री फोर नाइन और सिक्स फिर टू ते वन थ्री वन थ्री टू नाइन थ्री फिर अपने लगे टू ही कलर रह गए थ्री थे वन 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 टू ओमी थ्री वन तो इन्होंने मल्टीप्लिकेशन ही अपने लगे जी उन्नी मिनट बाद बजन गया तो इन्ह का आ गया अपने लगे एलसीएम आ गया टू इंटू टू इंटू थ्री इंटू टू इंटू थ्री टू टू जा फोर फोर टू जा फो फोर थ्री जा ट्वैल्व ट्वेल्व 2:24 24 3:72 ਤਾਂ ਇਹ ਆਪਣਾ 72 ਮਿੰਟ ਬਾਅਦ ਕਿਹ ਵੱਜਣ ਗਿਆ ਸਟਾਰਟਿੰਗ ਹੋਈ ਸੀ 5 ਤਾਂ ਆਪਾਂ ਨੂੰ ਟਾਈਮ ਜੋ ਦਿੱਤਾ ਹੈ অপਸ਼ਨ ਦੇ ਵਿੱਚ ਦਿੱਤਾ ਹੋਇਆ 6:15 6:30 6:12 ਹੋਰ 6:14 ਤਾਂ ਇਸ ਦੇ ਪਹਿਲਾਂ ਘੰਟੇ ਤੇ ਬਣਾਉਣੇ ਆਪਾਂ ਜੀ ਤਾਂ ਇਹ ਬਣ ਕੇ 1 ਘੰਟਾ 12 ਮਿੰਟ ਤਾਂ 1 ਘੰਟਾ ਯਾਨੀ ਕਿ ਬੱਜ ਗਿਆ 6 ਯਾਨੀ ਕਿ ਆਪਣੇ ਲਈ 6 ट्वेल्व ओ कलोक यह द्वारा कट्ठे रिंग तो ऑप्शन नंबर सी इसेक्ट हो जाऊगी जी नैक्सट देखो क्वेश्चन नंबर सैवन द प्रोडक्ट ऑफ द टू को प्राइम नंबर इज वन वन सैवन एंड देयर एलसीएम इज वन मतलब पता ही है क्वेश्चन रिपीट हो ऑप्शन नंबर डी इस दैक्ट हो जूगी जी नैक्सट देखो वेरी वेरी इंपोर्टेंट क्वेश्चन है जी ਫਾਈਂਡ ਦੀ ਗ੍ਰੇਟੈਸਟ ਪੋਸੀਬਲ ਲੈਂਥ ਵਿਚ ਕੈਨ ਬੀ ਯੂਜ਼ਡ ਟੂ ਮੈਜ਼ਰ ਐਗਜ਼ੈਕਟਲੀ ਦੀ ਲੈਂਥ ਆਫ 7 ਮੀਟਰ 3 ਮੀਟਰ 85 ਸੈਂਟੀਮੀਟਰ ਐਂਡ 12 ਮੀਟਰ 95 ਸੈਂਟੀਮੀਟਰ ਤਾਂ ਇਸ ਤਰ੍ਹਾਂ ਦੇ ਕੁਐਸਚਨਾਂ ਦੇ ਵਿੱਚ ਆਪਾਂ ਜੋ ਹੋਈ ਉਹ ਆਪਾਂ ਕੱਢਾਂਗੇ ਐਚ ਸੀ ਐਫ ਕਿਉਂਕਿ ਜਦੋਂ ਆਪਾਂ ਨੂੰ ਕਾਮਨ ਪੁੱਛਿਆ ਜਾਵੇ ਐਗਜ਼ੈਕਟਲੀ ਸੇਮ ਪੁੱਛਿਆ ਜਾਵੇ ਤਾਂ ਇਸ ਨੂੰ ਪਹਿਲਾਂ ਆਪਾਂ ਸਾਰਿਆਂ ਨੂੰ ਇੱਕ ਯੂਨਿਟ ਦੇ ਵਿੱਚ ਲੈਣਾ ਹੈ ਜਾਂ ਤਾਂ ਸੈਂਟੀਮੀਟਰਾਂ 'ਚ ਜਾਂ ਮੀਟਰਾਂ 'ਚ ਤਾਂ ਆਪਾਂ ਸੈਂਟੀਮੀਟਰਾਂ 'ਚ ਲੈ ਜਾਣਾ ਆਸਾਨ ਹੈ ਜੀ ਤਾਂ 700 ਸੈਂਟੀਮੀਟਰ ਹੋ ਜਾਣਗੇ ਜੀ ਇਹ ਹੋ ਜਾਣਗੇ 385 ਸੈਂਟੀਮੀਟਰ ਔਰ ਇਹ ਹੋ ਜਾਣਗੇ 12 95 ਸੈਂਟੀਮੀਟਰ ਤਾਂ ਇਹਨਾਂ ਦੇ ਆਪਾਂ ਬਣਾ ਲਓ ਪ੍ਰਾਈਮ ਫੈਕਟਰਾਇਜ਼ੇਸ਼ਨ ਤਾਂ ਪ੍ਰਾਈਮ ਫੈਕਟਰਾਇਜ਼ੇਸ਼ਨ ਆਗਰ ਕਰਦੇ ਆਪਾਂ ਤਾਂ ਕੀ ਬਣ ਜੂ 2 2 ਮੈਂ ਤੁਹਾਨੂੰ ਕਰਕੇ ਦਿਖਾ ਦਿੰਨਾ 700 टू ते गया थ्री फिफ्टी फिर टू ते गया अपने लगे आ गया वन सेवेंटी फाइव फिर टू ते गया टू थ्री फाइव फिर फाइव ते गया फिर फाइव सेवन जो फिर सेवन वन जो सेवन तो अपने लिए भी आज टू इंटू टू सॉरी फाइव त गया one, 75, टू इंटू टू इंटू फाइव इंटू फाइव इंटू सैवन इंटू वन ठीक है जी तो प्राइम फैक्टराइजेषन होगी नैक्सट देखो इस थ्री दी. थ्री एटी फाइव की अगर देखते तो आप इंटू सैवन इंटू इलेवन इन वन अगर ट्वेल्व नाइनटी फाइव की देखा तो अपन आ लिया फाइव इंटू सैवन इंटू थर्टी सैवन तो इस एच सी एफ जो आप देखा तो एच सी एफ अपने गया जी एक जी फाइव कॉमन है 1 7 ਕਾਮਨ ਹੈ ਹੋਰ ਕੋਈ ਕਾਮਨ ਨਹੀਂ ਹੈਗਾ ਤਾਂ ਆਪਾਂ ਲੈ ਲਵਾਂਗੇ 35 ਸੈਂਟੀਮੀਟਰ ਕੀ ਹੋਊਗਾ ਜੀ ਆਪਾਂ ਨੂੰ ਮਿਨੀਮਮ ਯਾਨੀ ਕਿ ਗ੍ਰੇਟੈਸਟ ਪੋਸੀਬਲ ਲੈਂਥ ਹੋਗੀ ਜਿਹੜੀ ਸਾਰਿਆਂ ਨੂੰ ਮੈਜ਼ਰ ਕਰਨ ਵਾਸਤੇ ਯੂਜ਼ ਕੀਤੀ ਜਾ ਸਕਦੀ ਹੈ ਜੀ ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚ கரੈਕਟ ਹੋ ਜਾਊਗਾ ਜੀ ਆਪਸ਼ਨ ਨੰਬਰ ਸੀ ਨੈਕਸਟ ਦੇਖੋ ਜੀ ਕੁਐਸਚਨ ਨੰਬਰ 9 ਦਾ ਰੇਸ਼ੋ ਆਫ ਦੀ ਟੂ ਨੰਬਰ ਇਜ਼ 13 15 ਐਂਡ देयर ਐਲਸੀਐਮ ਇਜ਼ 39780 ਦਾ ਨੰਬਰਸ ਆਰ ਤਾਂ ਨੰਬਰ ਕੀ ਹੋਣਗੇ ਤਾਂ ਪਹਿਲਾਂ ਦਾ ਨੰਬਰ ਦੇਖੋ ਨੰਬਰ ਕਿਹੜੇ ਹੋਣਗੇ ਜੀ ਇੱਕ ਹੋਊਗਾ 13x ਇੱਕ ਹੋਊਗਾ ਫਸਟ ਮੰਨ ਲਓ ਸੈਂਕਿਡ ਜਿਹੜਾ ਨੰਬਰ ਹੋਊਗਾ ਜੀ ਉਹ ਆਪਣੇ ਲਈ ਹੋਊਗਾ 15x ਤਾਂ ਇਹਨਾਂ ਦਾ ਐਲਸੀਐਮ ਕੱਢ ਲਓ ਤਾਂ ਐਲਸੀਐਮ ਆਪਣੇ ਲਈ ਆ ਜਾਊਗਾ 13x 15x 195x ਬਟ ਆਪਾਂ ਨੂੰ एलसीएम ਦਿੱਤਾ ਵੀ ਹੋਇਆ ਜੀ 195x 339780 ਤਾਂ x ਦੀ ਵੈਲਿਊ ਆਪਣੇ ਲਈ ਆਜੋਗੀ 3978 upon 195 ਡਿਵਾਈਡ ਕਰਨ ਤੋਂ ਬਾਅਦ ਆਪਣੇ ਲਈ ਵੈਲਿਊ ਆ 2404 ਤਾਂ x ਆਪਣੇ ਲਈ ਆ ਗਿਆ 204 x ਦੀ ਵੈਲਿਊ ਆ ਗਈ ਤਾਂ ਆਪਾਂ ਨੂੰ ਤਾਂ ਨੰਬਰ ਚਾਹੀਦਾ ਸੀ ਤਾਂ ਨੰਬਰ ਆ ਗਿਆ ਆਪਣੇ ਲਈ 13x is equal to 13 into 2 जीरो फोर तो अपने लगे आ गए मल्टप्लीकेशन करके आ गया अपने लगे जी टू सिक्स फाइव टू तो फिफ्टीन एक्स इज इक्वल टू फिफ्टीन इंटू टू जीरो फोर तो अपने लिए मल्टीप्लाई करके आ गया थ्री जीरो सिक्स जीरो तो इस फस्ट नंबर है जी टू सिस फाइव टू तो और थ्री जीरो सिक्स जीरो तो ऑप्शन नंबर डी इसेक्ट हो जुगी जी नैक्सट देखो क्वेश्चन नंबर टेन इफ थ्री नंबरस आर टू ए फाइव ए एंड सैवन ए, तो टू ए अपने लवे आ जी टू इन टू और फाइव ए इज इक्वल टू फाइव इंटू ए सैवन ए इज इक्वल टू सैवन इन टू ए तो अपने एलसीएम क्डना जी यलसीयम तो आपने लवे सारे सारे प्राइम नंबर ने तो इन दल्टप्लीकेशन ही अपना एलसीयम होगा तो ए अपना लवे आ गया जी फाइव टू ज टेन सैवन इन टू ਔਰ ਇਹ ਤਾਂ ਸਾਰਾ ਚ ਕੋਮਨ ਹੈ ਇੱਕ ਵਾਰੀ a ਲਿਖ ਲਓ ਤਾਂ ਆਪਸ਼ਨ ਨੰਬਰ ਇਸ ਦੇ ਵਿੱਚ a கரੈਕਟ ਹੋ ਜੁਗੀ ਜੀ ਆਈ ਹੋਪ ਤੁਹਾਨੂੰ ਸਾਰਾ ਸਮਝ ਆਇਆ ਹੋਵੇ ਜੀ ਥੈਂਕ ਯੂ